ਹਾਂਜੀ ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਆਦਾਬ। ਤੁਹਾਡਾ ਹੋਸਟ, ਤੁਹਾਡਾ ਦੋਸਤ ਡੀ ਜੇ ਪੀ ਸ਼ਾਨੇ ਪੰਜਾਬ। ਦੇਖ ਰਹੇ ਸਾਰੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ। ਸੋ ਅੱਜ ਇੱਕ ਨਵੀਂ ਸ਼ਖਸੀਅਤ ਜਿਨ੍ਹਾਂ ਨੇ ਪੜ੍ਹਾਈ ਲਿਖਾਈ ਕਰਕੇ ਸਮਾਜ ਦੀ ਸੇਵਾ ਕੀਤੀ ਆ, ਆਪਣਾ, ਆਪਣੇ ਪਰਿਵਾਰ ਦਾ, ਆਪਣੇ ਦੇਸ਼ ਦਾ, ਆਪਣੇ ਏਰੀਏ ਦਾ ਨਾਮ ਬਣਾਇਆ। ਦੁਆਬੇ ਦੀ ਸੇਵਾ ਕਰਦੇ ਸਮਾਂ ਲੰਘ ਗਿਆ। ਸੋ ਅੱਜ ਮੌਕਾ ਮਿਲਿਆ ਸਾਨੂੰ ਮਿੱਤਲ ਹੋਸਪਿਟਲ ਜਾਣ ਦਾ, ਅਤੇ ਅੱਜ ਤੁਹਾਡੀ ਗੱਲ ਹੋ ਰਹੀ ਆ ਡਾਕਟਰ ਨਰੇਸ਼ ਮਿੱਤਲ ਜੀ, MD ਮੈਡੀਸਨ, ਔਰ ਸਾਡੇ ਦੁਆਬੇ ਦੇ ਹਾਰਟ ਦੇ ਸਪੈਸ਼ਲਿਸਟ ਨੇ। ਸੋ ਇਹਨਾਂ ਦੀ ਜ਼ਿੰਦਗੀ ਦੇ ਜਿਹੜੇ ਸੱਚ ਆ ਅਸੀਂ ਜਾਣਨ ਲਈ ਇਹਨਾਂ ਕੋਲ ਪਹੁੰਚੇ ਹਾਂ। ਸੋ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸ਼ਾਨੇ ਪੰਜਾਬ। ਸੋ ਸਾਡੇ ਸੱਜਣਾਂ ਨਾਲ ਤੁਸੀਂ ਗੱਲ ਸਾਂਝੀ ਕਰ ਲਈ। ਮੈਂ ਡਾਕਟਰ ਨਰੇਸ਼ ਮਿੱਤਲ ਨਵਾਂਸ਼ਹਿਰ ਦਾ ਰਹਿਣ ਵਾਲਾ ਹਾਂ। ਮੇਰਾ ਜਨਮ 10 ਜਨਵਰੀ 1964 ਨੂੰ ਲੁਧਿਆਣੇ ਵਿਖੇ ਹੋਇਆ। ਮੇਰੇ ਮਾਤਾ ਜੀ ਦਾ ਨਾਮ ਸੰਤੋਸ਼ ਮਿੱਤਲ ਹੈ ਅਤੇ ਮੇਰੇ ਪਿਤਾ ਜੀ ਸ਼੍ਰੀ ਧਰਮਪਾਲ ਮਿੱਤਲ ਹਨ। ਮੇਰੇ ਦੋ ਛੋਟੇ ਭਰਾ ਹਨ। ਮੇਰੀ ਸਕੂਲਿੰਗ ਇੱਥੇ ਨਵਾਂਸ਼ਹਿਰ ਦੇ ਵਿੱਚ ਆਦਰਸ਼ ਬਾਲ ਵਿਦਿਆਲਾ 'ਤੇ ਹੀ ਹੋਈ, ਕਿਉਂਕਿ ਮੇਰੇ ਪਿਤਾ ਜੀ ਔੜ ਦੇ ਵਿੱਚ ਲੱਗੇ ਹੋਏ ਸਨ ਉੱਥੋਂ ਦੇ ਸਰਕਾਰੀ ਹਸਪਤਾਲ ਦੇ ਵਿੱਚ। ਅਤੇ 10ਵੀਂ ਤੱਕ ਮੈਂ ਇੱਥੇ ਆਦਰਸ਼ ਬਾਲ ਵਿਦਿਆਲਾ 'ਚ ਪੜ੍ਹਨ ਤੋਂ ਬਾਅਦ ਫਿਰ ਅਸੀਂ ਜਲੰਧਰ ਦੇ DAV ਕਾਲਜ ਜਲੰਧਰ ਦੇ ਵਿੱਚ ਮੈਂ 11ਵੀਂ ਅਤੇ 12ਵੀਂ ਦੀ ਪੜ੍ਹਾਈ ਕੀਤੀ। ਅਤੇ PMT ਦੇ ਐਗਜ਼ਾਮ ਦੇਣ ਤੋਂ ਬਾਅਦ ਮੇਰੀ ਸਿਲੈਕਸ਼ਨ MBBS ਦੇ ਵਿੱਚ GGS ਮੈਡੀਕਲ ਕਾਲਜ ਫਰੀਦਕੋਟ ਦੇ ਵਿੱਚ 1981 ਦੇ ਵਿੱਚ ਹੋ ਗਈ। ਅਤੇ 1981 ਤੋਂ ਲੈ ਕੇ 1985 ਤੱਕ ਮੈਂ MBBS ਦਾ ਵਿਦਿਆਰਥੀ ਰਿਹਾ। ਅਤੇ 1986 ਦੇ ਵਿੱਚ ਮੇਰੀ ਟ੍ਰੇਨਿੰਗ ਉੱਥੇ ਹੀ ਫਰੀਦਕੋਟ ਦੇ ਵਿੱਚ ਹੀ ਹੋਈ, ਉੱਥੋਂ ਦੇ ਹਸਪਤਾਲ ਦੇ ਅਲੱਗ ਅਲੱਗ ਡਿਪਾਰਟਮੈਂਟ ਦੇ ਵਿੱਚ। ਅਤੇ 1987 ਦੇ ਵਿੱਚ ਮੈਂ ਦਯਾਨੰਦ ਮੈਡੀਕਲ ਕਾਲਜ ਲੁਧਿਆਣੇ ਦੇ ਵਿੱਚ ਵੀ ਇੱਕ ਸਾਲ ਕੰਮ ਕੀਤਾ, ਉੱਥੋਂ ਦੇ ਸਰਜੀਕਲ ਮਹਿਕਮੇ ਦੇ ਵਿੱਚ। 1988 ਦੇ ਵਿੱਚ ਮੇਰੀ ਸਿਲੈਕਸ਼ਨ ਬਤੌਰ ਮੈਡੀਕਲ ਅਫਸਰ PHC ਮਹਿਤਪੁਰ ਜ਼ਿਲ੍ਹਾ ਜਲੰਧਰ ਦੇ ਵਿੱਚ ਹੋ ਗਈ। ਅਤੇ ਮੈਂ ਮੈਡੀਕਲ ਅਫਸਰ ਪ੍ਰਾਇਮਰੀ ਹੈਲਥ ਸੈਂਟਰ ਮਹਿਤਪੁਰ ਦੇ ਵਿੱਚ ਕੰਮ ਕਰਦਾ ਰਿਹਾ 3 ਸਾਲ ਵਾਸਤੇ। ਅਤੇ ਮੇਰੀ ਉੱਥੋਂ ਅਪੁਆਇੰਟਮੈਂਟ ਸਬਸਿਡਰੀ ਹੈਲਥ ਸੈਂਟਰ ਗਿੱਲਾਂ ਦੇ ਵਿੱਚ ਵੀ ਰਹੀ। ਅਤੇ ਇਸ ਦੌਰਾਨ ਮੈਂ ਐਗਜ਼ਾਮ ਦਿੱਤਾ ਅਤੇ ਮੇਰੀ ਸਿਲੈਕਸ਼ਨ ਔਰਥੋਪੈਡਿਕਸ ਦੇ ਡਿਪਲੋਮਾ ਦੇ ਵਿੱਚ ਹੋ ਗਈ, ਜਿਹੜਾ ਕਿ ਮੈਂ ਅੰਮ੍ਰਿਤਸਰ ਦੇ ਵਿੱਚ 1991 ਤੋਂ ਲੈ ਕੇ 1993 ਵਿੱਚ ਕੀਤਾ। ਇਸ ਦੌਰਾਨ ਮੇਰੀ ਸ਼ਾਦੀ ਹੋ ਗਈ। ਮੇਰੀ ਪਤਨੀ ਵੀ ਡਾਕਟਰ ਹੈ ਅਤੇ 1992 ਦੇ ਵਿੱਚ ਮੇਰੀ ਸ਼ਾਦੀ ਹੋ ਗਈ ਉਹਨਾਂ ਨਾਲ। ਅਤੇ ਅਸੀਂ ਦੋਨਾਂ ਨੇ ਸ਼ਾਦੀ ਤੋਂ ਬਾਅਦ 1993 ਤੋਂ ਲੈ ਕੇ 1996 ਤੱਕ ਮੈਂ MD ਮੈਡੀਸਨ ਅੰਮ੍ਰਿਤਸਰ ਮੈਡੀਕਲ ਕਾਲਜ ਤੋਂ ਕੀਤੀ ਅਤੇ ਮੇਰੇ ਵਾਈਫ ਨੇ MSI ਉਹ ਵੀ ਅੰਮ੍ਰਿਤਸਰ ਤੋਂ ਹੀ ਕੀਤੀ। ਅਤੇ 96 ਤੋਂ ਬਾਅਦ ਮੇਰੀ ਅਪੁਆਇੰਟਮੈਂਟ ਸ਼ਾਹਕੋਟ ਦੇ ਵਿੱਚ ਪ੍ਰਾਇਮਰੀ ਹੈਲਥ ਸੈਂਟਰ ਦੇ ਵਿੱਚ ਹੋਈ, ਜਿੱਥੇ ਕਿ ਮੈਂ 6 ਮਹੀਨੇ ਕੰਮ ਕੀਤਾ। ਉਸ ਤੋਂ ਬਾਅਦ ਮੇਰੀ ਬਦਲੀ ਇੱਥੇ ਨਵਾਂਸ਼ਹਿਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਹੋ ਗਈ ਅਤੇ ਮੈਂ 1997 ਤੋਂ ਲੈ ਕੇ ਨਵਾਂਸ਼ਹਿਰ ਦੇ ਵਿੱਚ ਹੀ ਹੁਣ ਤੱਕ ਰਹਿ ਰਿਹਾ ਹਾਂ। ਇਸ ਦੌਰਾਨ ਮੈਂ ਸਰਕਾਰੀ ਹਸਪਤਾਲ ਦੇ ਵਿੱਚ ਬਹੁਤ ਕੰਮ ਕੀਤਾ, ਇੱਥੋਂ ਦੇ ਲੋਕਾਂ ਦਾ ਬਹੁਤ ਸੇਵਾ ਕੀਤੀ। ਮੈਂ ਐਜ਼ ਡਿਸਟ੍ਰਿਕਟ TB ਅਫਸਰ ਵੀ ਰਿਹਾ ਅਤੇ ਹਸਪਤਾਲ ਦੇ ਵਿੱਚ ਹਰ ਤਰ੍ਹਾਂ ਦਾ ਮਰੀਜ਼ ਮੈਂ ਦਾਖਲ ਕਰਦਾ ਸੀ ਅਤੇ ਸਾਰੇ ਲੋਕ ਕਾਫੀ ਠੀਕ ਹੁੰਦੇ ਸਨ। ਉਸ ਦੌਰਾਨ ਮੇਰੇ ਪਿਤਾ ਜੀ ਦੀ ਸਿਹਤ ਖਰਾਬ ਰਹਿਣ ਲੱਗ ਪਈ ਅਤੇ ਉਹਨਾਂ ਨੂੰ ਉਧਰੰਗ ਦਾ ਅਟੈਕ, ਪੈਰਾਲਿਸਿਸ ਦਾ ਅਟੈਕ ਆ ਗਿਆ, ਜਿਸ ਕਰਕੇ ਉਹਨਾਂ ਦੀ ਸੇਵਾ ਦੇ ਵਿੱਚ ਮੈਨੂੰ ਪ੍ਰੋਬਲਮ ਆ ਰਹੀ ਸੀ। ਇਸ ਕਰਕੇ ਮੈਨੂੰ ਨੌਕਰੀ ਤੋਂ ਅਸਤੀਫਾ ਦੇਣਾ ਪਿਆ ਅਤੇ ਮੈਂ ਫਿਰ ਆਪਣੇ ਘਰ ਹੀ ਰਹਿੰਦਾ ਸੀ ਅਤੇ ਮੇਰੇ ਕੋਲ ਇੱਥੋਂ ਦੇ ਲੋਕ ਘਰ ਹੀ ਮੈਨੂੰ ਮਰੀਜ਼ ਦਾ ਹੱਲਣ ਆਪਣੇ ਆ ਜਾਂਦੇ ਸਨ। ਫਿਰ ਮੇਰੇ 2 ਸਾਲ ਕਰਦੇ ਕਰਦੇ ਮੇਰੇ ਕੋਲ ਪੇਸ਼ੈਂਟ ਜ਼ਿਆਦਾ ਹੋ ਗਏ ਅਤੇ ਫਿਰ ਮੈਂ ਇੱਕ ਕਿਰਾਏ 'ਤੇ ਹਸਪਤਾਲ ਖੋਲ੍ਹ ਲਿਆ ਸਲੋਹ ਰੋਡ ਦੇ ਵਿੱਚ। ਉੱਥੇ 2 ਸਾਲ ਕਰਨ ਤੋਂ ਬਾਅਦ ਫਿਰ ਮੈਂ ਆਪਣਾ 2004 ਦੇ ਵਿੱਚ ਚੰਡੀਗੜ੍ਹ ਰੋਡ 'ਤੇ ਹਸਪਤਾਲ ਬਣਾ ਲਿਆ, ਜਿਹੜਾ ਕਿ ਮਿੱਤਲ ਹਸਪਤਾਲ ਦੇ ਵਿੱਚ ਚੰਡੀਗੜ੍ਹ ਰੋਡ 'ਤੇ ਰਾਏ ਕਲੋਨੀ ਦੇ ਵਿੱਚ ਸਥਿਤ ਹੈ। ਅਤੇ ਹੁਣ ਮੈਂ ਉਸੇ ਜਗ੍ਹਾ 'ਤੇ ਹੀ ਉਦੋਂ ਦਾ 2004 ਤੋਂ ਲੈ ਕੇ ਕੰਮ ਕਰ ਰਿਹਾ ਹਾਂ। 1900 ਮੈਂ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਕਰਦਾ ਹਾਂ,
ਜਿਹਦੇ ਕਿ ਹਾਰਟ ਦਾ ਕੋਈ ਬਿਮਾਰੀ ਹੋਵੇ, ਸ਼ੂਗਰ ਦੀ ਹੋਵੇ, ਬਲੱਡ ਪ੍ਰੈਸ਼ਰ ਦੀ ਹੋਵੇ ਜਾਂ ਅਧਰੰਗ ਦਾ ਹੋਵੇ, ਹਰ ਤਰ੍ਹਾਂ ਦਾ ਲੇਟੈਸਟ ਟ੍ਰੀਟਮੈਂਟ ਅਸੀਂ ਕਰਦੇ ਹਾਂ। ਅਤੇ ਮੈਂ ਲਾਈਫ ਮੈਂਬਰ ਵੀ ਹਾਂ ਐਸੋਸੀਏਸ਼ਨ ਆਫ ਫਿਜ਼ੀਸ਼ੀਅਨਸ ਆਫ ਇੰਡੀਆ ਦਾ, ਜਿਹੜਾ ਕਿ ਮੈਂ 1997 ਦੇ ਵਿੱਚ ਬਣ ਗਿਆ ਸੀ। ਇਸ ਤੋਂ ਬਾਅਦ ਮੈਂ ਸੰਨ 2004 ਦੇ ਵਿੱਚ ਲਾਈਫ ਮੈਂਬਰ ਬਣ ਗਿਆ ਸੀ ਇੰਡੀਅਨ ਸਟ੍ਰੋਕ ਐਸੋਸੀਏਸ਼ਨ ਦਾ। ਇਸ ਦੇ ਨਾਲ ਸਾਨੂੰ ਜਿੰਨੀਆਂ ਵੀ ਇਸ ਦੀਆਂ ਅਪਡੇਟਸ ਆਉਂਦੀਆਂ ਉਹ ਸਾਨੂੰ ਲਗਾਤਾਰ ਮਿਲਦੀਆਂ ਰਹਿੰਦੀਆਂ ਹਨ, ਅਤੇ ਉਹਦੇ ਨਾਲ ਕੀ ਮਰੀਜ਼ ਦੀ ਵਧੀਆ ਤੋਂ ਵਧੀਆ ਇਲਾਜ ਆਪਾਂ ਕਰ ਸਕਦੇ ਹਾਂ। ਮੇਰੇ ਦੋ ਬੱਚੇ ਹਨ, ਦੋਨੋਂ ਬੱਚੇ ਮੇਰੇ ਡਾਕਟਰ ਹਨ। ਮੇਰੀ ਵੱਡੀ ਬੇਟੀ ਹੈ ਜਿਹੜੀ ਕਿ MD ਰੇਡੀਓਲੋਜੀ ਕੀਤੀ ਦਯਾਨੰਦ ਮੈਡੀਕਲ ਕਾਲਜ ਤੋਂ, ਅਤੇ ਹੁਣ ਵੀ ਉੱਥੇ ਹੀ ਸੀਨੀਅਰ ਰੈਜੀਡੈਂਟ ਲੱਗੀ ਹੋਈ ਹੈ। ਅਤੇ ਮੇਰਾ ਇੱਕ ਬੇਟਾ ਹੈ ਜਿਹੜਾ ਕਿ ਏਮਸ ਤੋਂ, ਉਹਨੇ MBBS ਕਰ ਰਿਹਾ ਹੈ, ਅਤੇ ਹੁਣ ਉਹਦੀ ਕੰਪਲੀਟ ਹੋ ਜਾਏਗੀ। ਸੋ ਇਹ ਸੰਖੇਪ ਜਿਹੇ ਲਫਜ਼ਾਂ 'ਚ ਇੱਕ ਮਿਨਾਜ਼ ਸ਼ਖਸੀਅਤ ਡਾਕਟਰ ਨਰੇਸ਼ ਮਿੱਤਲ ਜੀ, MD ਮੈਡੀਸਨ, ਉਹਨਾਂ ਦੇ ਜਵਾਨ ਰਾਹੀਂ ਉਹਨਾਂ ਦੀ ਅਸੀਂ ਸੰਖੇਪ ਜਿਹੀ ਜਿਹੜੀ ਇਹ ਵਾਰਤਾਲਾਪ ਤੁਹਾਡੇ ਨਾਲ ਸਾਂਝੀ ਕੀਤੀ ਹੈ। ਸੋ ਸਾਡਾ ਮਿਸ਼ਨ, ਸਾਡੀ ਸੋਚ ਸ਼ਾਨ ਏ ਪੰਜਾਬ ਦੀ ਇਹੀ ਹੈ ਕਿ ਉਹ ਲੋਕ ਜਿਨ੍ਹਾਂ ਨੇ ਹਾਰਡ ਵਰਕ ਕਰਕੇ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ, ਸਮਾਜ ਦੀ ਸੇਵਾ, ਇੱਕ ਉੱਚੀ ਪਦਵੀ ਹਾਸਲ ਕੀਤੀ ਹੈ। ਸੋ ਅੱਜ ਵੀ ਡਾਕਟਰ ਸਾਹਿਬ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ, ਅਤੇ ਇੰਸਪਾਇਰੇਸ਼ਨ ਕਿਸੇ ਨਾ ਕਿਸੇ ਦੇ ਹੋਣਗੇ ਜ਼ਰੂਰ। ਸੋ ਇੰਨਾ ਹੀ ਕਹਿੰਦੇ ਚੱਲਦੇ ਹਾਂ, ਅਗਲੀ ਕਿਸੇ ਨਵੀਂ ਸ਼ਖਸੀਅਤ ਨਾਲ ਫਿਰ ਰਾਬਤਾ ਕਾਇਮ ਹੋਏਗਾ ਜੀ। ਚੱਲਦੇ ਹਾਂ।